ਸਤਿਕਾਰ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ। ਹਾਂਜੀ ਅੱਜ ਅਸੀਂ ਬਣਾ ਰਹੇ ਹਾਂ ਗੁਲਾਬ ਜਾਮਣਾ ਤੇ ਉਹਦੇ ਵਾਸਤੇ ਲਈ ਅਸੀਂ ਇੱਕ ਕੌਲੀ ਸੂਜੀ ਤੇ 2 ਚਮਚ ਦੇਸੀ ਘੀ ਤੇ 1 ਚਮਚ ਬੇਕਿੰਗ ਪਾਊਡਰ ਤੇ ਰਿਫਾਈਂਡ ਦੁੱਧ ਤੇ ਚੀਨੀ ਤੇ ਆ ਅਸੀਂ ਲਿਆ ਚਾਸ ਵਾਸਤੇ ਪਾਣੀ। ਅਸੀਂ ਚਾਸ ਬਣਾਵਾਂਗੇ ਇੱਕ ਪਾਸੇ ਫਿਰ। ਹਾਂਜੀ ਹਾਂਜੀ ਅਸੀਂ ਘਿਓ ਪਾ ਰਹੇ ਹਾਂ। ਹਾਂਜੀ ਹੁਣ ਘਿਓ ਦੇ ਵਿੱਚ ਅਸੀਂ ਪਾ ਰਹੇ ਹਾਂ ਦੁੱਧ। ਇਹਨੂੰ ਥੋੜ੍ਹਾ ਗਰਮ ਹੋ ਜਾਣ ਦਿੰਦੇ ਹਾਂ। ਹਾਂਜੀ ਹੁਣ ਅਸੀਂ ਸੂਜੀ ਪਾਉਣ ਲੱਗੇ। ਅਸੀਂ ਹੋਰ ਪਾਉਂਦੇ ਹਾਂ ਦੁੱਧ ਘੱਟ। ਹਾਂਜੀ ਅਸੀਂ ਇਹਨੂੰ 5 ਮਿੰਟ ਤੱਕ ਪਕਾਵਾਂਗੇ। ਹਾਂਜੀ ਸੂਜੀ ਮਿਕਸ ਹੋ ਗਈ ਪੂਰੀ ਤਰ੍ਹਾਂ ਅਤੇ ਹੁਣ ਅਸੀਂ ਇਹਨੂੰ ਥਾਲੀ ਦੇ ਵਿੱਚ ਕੱਢਦੇ ਹਾਂ। ਹਾਂ ਇਹਨੂੰ ਅਸੀਂ 10 ਮਿੰਟ ਤੱਕ ਠੰਡਾ ਰੱਖਾਂਗੇ ਹਾਲੇ। ਹਾਂਜੀ ਅਸੀਂ ਚਾਸਣੀ ਵਾਸਤੇ ਪਾਣੀ ਪਾ ਰਹੇ ਹਾਂ। ਇੱਕ ਕੌਲੀ ਅਸੀਂ ਚੀਨੀ ਦੀ ਭਰ ਕੇ ਪਾ ਰਹੇ ਹਾਂ। ਅਸੀਂ 5-7 ਮਿੰਟ ਤੱਕ ਪਕਾਵਾਂਗੇ। ਹਾਂਜੀ ਚਾਸ ਉੱਬਲ ਚੁੱਕੀ। ਅਸੀਂ ਇਹਨੂੰ ਇੱਕ ਤਾਰ ਵਾਲੀ ਚਾਸ ਨਹੀਂ ਬਣਾਉਣੀ, ਇਹਨੂੰ ਬਸ ਵੈਸੀ ਥੋੜ੍ਹੀ ਜਿਹੀ ਗਾੜੀ ਰੱਖਣੀ ਆ। ਹੋਣ ਵਾਲੀ ਆ ਚਾਸ ਤਿਆਰ ਹੈ। ਹਾਂਜੀ ਅਸੀਂ ਸੂਜੀ 'ਚ ਥੋੜ੍ਹਾ ਬੇਕਿੰਗ ਪਾਊਡਰ ਪਾ ਰਹੇ ਹਾਂ। ਅਸੀਂ ਇਹਨੂੰ ਵਿੱਚ ਮਿਕਸ ਕਰਾਂਗੇ। ਬੇਕਿੰਗ ਪਾਊਡਰ ਉੱਪਰ ਇਹ ਵਿੱਚ ਅਸੀਂ ਇਹਨੂੰ ਮਿਕਸ ਕਰਦੇ ਹਾਂ। ਇਹਦੇ ਵਿੱਚ ਠੰਡਾ ਹੋ ਚੁੱਕਿਆ ਹੁਣ। ਪੇਸਟ ਤਿਆਰ ਹੋ ਗਿਆ ਜੀ ਅਤੇ ਹੁਣ ਅਸੀਂ ਇਹਦੀ ਗੋਲੀਆਂ ਬਣਾਵਾਂਗੇ ਛੋਟੀ ਛੋਟੀ। ਸਾਰੀ ਆਪਾਂ ਇਸ ਤਰ੍ਹਾਂ ਬਣਾ ਲਵਾਂਗੇ ਫਿਰ ਆਪਾਂ ਇਹਨਾਂ ਨੂੰ ਗੋਲ ਕਰਾਂਗੇ। ਕੜਾਹੀ 'ਚ ਰਿਫਾਇੰਡ ਪਾਉਂਦੇ ਹਾਂ।
ਜੀ ਇਹਨੂੰ ਅਸੀਂ 5 ਮਿੰਟ ਵਾਸਤੇ ਪਕਾਵਾਂਗੇ ਤੇ ਐਨੇ ਅਸੀਂ ਆਹ ਤੇ ਰੱਖ ਲਈਏ ਲੋਈਏ ਤੇ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਇਸ ਤਰ੍ਹਾਂ ਬਣਾ ਕੇ ਰੱਖਾਂਗੇ ਫਿਰ ਅਸੀਂ ਕੜਾਈ 'ਚ ਪਾਵਾਂਗੇ हाँ जी तेल पक गए तो हूँ असी ये गुलाब जामुन पाने गैस तेज ही रखना जे आप घट रखा फिर ये फट जाएगी असी हौली हौली पका के इनू 15 मिनट तक पकावे हूँ ये हौली हौली पक के ਉੱਪਰ ਆ ਜਾਣਗੇ ਹਾਂਜੀ ਗੁਲਾਬ ਜਾਮਣਾ ਪੱਕ ਗਏ ਦੇਖੋ ਹਾਂਜੀ ਪੱਕ ਗਏ ਗੁਲਾਬ ਜਾਮਣਾ ਹੁਣ ਅਸੀਂ ਕੱਢਦੇ ਹਾਂ ਇਹਨਾਂ ਨੂੰ हूँ असी चाशनी के पाउन लगे हाँ देखो इनू असी रखा अद्धे घंटे तक रखा बिच सारिया अपने इस तरह ही पा दें बिच डबो दें ਇਹਨਾਂ ਨੂੰ ਅੱਧੇ ਘੰਟੇ ਵਾਸਤੇ ਰੱਖਾਂਗੇ ਟੱਕ ਕੇ ਤੇ ਚਾਸ਼ਨੀ ਹਾਲੇ ਗਰਮ ਹੈ ਹੁਣ ਅਸੀਂ ਬਣਾਉਣ ਲੱਗਿਆ ਰਸਗੁੱਲੇ ਇਹਦੇ ਵਾਸਤੇ ਇੱਕ ਬਾਉਲ ਅਸੀਂ ਪਨੀਰ ਲੈ ਲਿਆ ਕੱਦੂਕਸ ਕਰ ਲਈ ਤੇ ਵਿੱਚ ਅਸੀਂ ਪਾਵਾਂਗੇ ਥੋੜਾ ਮੈਦਾ ਤੇ ਅਸੀਂ ਇੱਧਰ ਰੱਖ ਰਹੇ ਹਾਂ ਚਾਸ਼ਨੀ ਤਿਆਰ ਹੈ ਸਾਡੀ ਹਾਂਜੀ ਹੁਣ ਅਸੀਂ ਇਹਨੂੰ पनीर में गुन्नन लगे मैदा पा के बिच इन्हें पूरा मिक्स कर लेना जी हाँ जी असी रसगुल्ले चाशनी पाउन लगे इन्हां नूं असी 10 मिनट तक पकावांगे हाँ जी गुलाब जामना तैयार हो गया जी देखो बिल्कुल नरम हो गया सॉफ्ट ते रसगुल्ले ते दस्सो सानू वीडियो किवें दी लगी लाइक करो शेयर कमेंट सबसक्राइब करो धन्यवाद।